सत श्री अकाल दोस्तों, तुम देख रहे हो कैंपस टीवी। तो मैं अपना परमिंदर तेजा, तो अच्छ जगीर परवेज जी जे कि पीयू के स्टार ने, इतों के स्टूडेंट ने, उन्होंने अच्छ परफॉर्मेंस लाउडी के बहुत ही कमाल कर रहा, बहुत ही कमाल की परफॉर्मेंस रही। तो वो जानते हैं जगीर परवेज तू कि उन्होंने किमें लगा जिते अपने घर के परफॉर्म कर। ਕਿਵੇਂ ਲੱਗਦਾ ਹੁੰਦਾ ਘਰ 'ਚ ਪਰਫੋਰਮ ਕਰਕੇ? ਉਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ? ਮੈਨੂੰ ਬਹੁਤ ਖੁਸ਼ੀ ਹੈ ਜੀ, ਮੇਰੇ ਘਰ ਦੇ ਵਿੱਚ ਮੈਨੂੰ ਗਾਉਣ ਦਾ ਮੌਕਾ ਮਿਲਿਆ। ਮੇਰੇ ਖਿਆਲ ਸ਼ਾਇਦ ਇੱਕ ਸਾਲ ਬਾਅਦ ਮੈਨੂੰ ਮੌਕਾ ਮਿਲਿਆ। ਹਾਂ, ਪਿਛਲੇ ਸਾਲ ਵੀ ਤੁਸੀਂ ਵਿਮਰਸ਼ ਵਿੱਚ ਅਤੇ ਮੈਂ ਚੈਰਿਸ਼ ਕੀਤਾ। ਬਹੁਤ ਕਮਾਲ, ਬਹੁਤ ਕਮਾਲ ਕਰ ਰਿਹਾ। ਅਤੇ ਪਹਿਲਾਂ ਕਿੰਨੀ ਵਾਰ ਪੀਓ ਦੇ ਵਿੱਚ ਪਰਫੋਰਮ ਕਰ ਚੁੱਕੇ ਹੋ? ਅਤੇ ਪਹਿਲਾਂ ਨਾਲੋਂ ਅੱਜ ਕੁਝ ਯਾਦ ਨਹੀਂ, ਬਹੁਤ ਵਾਰ ਕੀਤਾ ਹੋਏਗਾ। ਕਾਫੀ ਅੱਛਾ ਚੁੱਕੇ ਹੋ। ਪੱਕੀ ਇੰਜ ਹੈ ਕਿ ਹਰ ਦਿਨ ਇੰਪਰੂਵਮੈਂਟਸ ਹੁੰਦੀਆਂ ਨੇ ਜੀ। ਪਿਛਲੀ ਵਾਰ ਜੋ ਘਾਟ ਰਹਿ ਗਈ ਸੀ ਉਹ ਸ਼ਾਇਦ ਇਸ ਵਾਰ ਪੂਰੀ ਹੋਵੇ। ਡੈਫੀਨੇਟਲੀ। ਅਤੇ ਸ਼ਾਇਦ ਜਦੋਂ ਅਗਲੀ ਵਾਰ ਪ੍ਰੋਗਰਾਮ ਕਰਾਂਗੇ ਹੋਰ ਵਧੀਆ ਹੋਵੇਗਾ, ਹੋਰ ਵਧੀਆ ਹੋਵੇਗਾ। ਮਤਲਬ ਵਧੀਆ ਹੋਣ ਦੇ ਆਸਾਰ ਨੇ, ਘਟੀਆਂ ਨਾ ਉਹ ਤਾਂ ਵਧੀਆ ਵਧੀਆ ਹੋਵੇਗਾ। ਸੋ ਅੰਤ ਵਿੱਚ ਕੈਂਪਸ ਟੀਵੀ ਦੇ ਜ਼ਰੀਏ ਸਟੂਡੈਂਟਸ ਨੂੰ, ਦਰਸ਼ਕਾਂ ਨੂੰ ਕੀ ਕਰਦੇ? ਮੈਂ ਇੱਕ ਵੀ ਗੱਲ ਕਹਿਣੀ ਚਾਹੁੰਦਾ ਕੈਂਪਸ ਟੀਵੀ ਦੇ ਦਰਸ਼ਕਾਂ ਨੂੰ ਅਤੇ ਹੋਲ ਵਰਲਡ ਨੂੰ, ਜਿੱਥੇ ਤੱਕ ਇਹ ਚੈਨਲ ਜਾਏਗਾ, ਜਿੱਥੇ ਤੱਕ ਇਹ ਆਵਾਜ਼ ਜਾਏਗੀ, ਬਸ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਅੱਛਾ ਸੁਣੋ ਅਤੇ ਜ਼ਿੰਦਗੀ 'ਚ ਮੌਜ ਮਾਣੋ, ਤਰੱਕੀਆਂ ਕਰੋ, ਜਿਉਂਦੇ ਰਹੋ ਪੰਜਾਬੀ ਜਗੀਰ ਪਰਵੇਜ ਜੀ ਜਿਹਨਾਂ ਨੇ ਅੱਜ ਲਾਉਡੀ ਵਿੱਚ ਪਰਫੋਰਮ ਕੀਤਾ, ਬਹੁਤ ਹੀ ਕਮਾਲ ਦੀ ਪਰਫੋਰਮੈਂਸ ਰਹੀ। ਅਤੇ ਹੋਰ ਅਪਡੇਟਸ, ਹੋਰ ਇਵੈਂਟਸ ਲੈ ਕੇ ਆਵਾਂਗੇ ਤੁਹਾਡੇ ਨਾਲ। ਦੇਖਦੇ ਰਹੋ ਕੈਂਪਸ ਟੀਵੀ, ਵੂਮੈਨਸ ਨਥਿੰਗ। ਥੈਂਕ ਯੂ।